ਆਂਦਾ ਤੇ ਉਹ ਕਬੂਤਰ ਆਪਾਂ ਲਾ ਕੇ ਅੰਦਰ ਵਾੜਤੇ ਸੀ, ਕਬੂਤਰੀਆਂ ਆ ਫਿਰਦੀਆਂ ਦੋਹੇ ਤੇ ਆ ਪੱਠੀ ਆ, ਇਹਨੂੰ ਪਾਉਣ ਲੱਗਿਆ ਬਦਾਮ, ਇਹਨੂੰ ਆਪਾਂ ਪਾਣੀ ਧਰ ਕੇ ਟਕਾ ਤਾ ਸੀ। ਇਹ ਬਦਾਮ ਕੱਟ ਕੇ ਉਧਰ ਲੱਗਿਆ ਖਵਾਉਣ, ਇਹਦੀਆਂ ਅੱਖਾਂ ਖਰਾਬ ਸੀ ਬਈ, ਦੋ ਹੋ ਗਈਆਂ ਮੱਕੜ ਭਰ ਗਈ ਨਾਲੇ ਰੁਕਦੀ ਆ ਸਰਦੀ ਲੱਗਾਂ, ਪੱਠੀ ਵੀ ਇਹੋ ਜਿਹੇ ਨਾਲੇ ਚੀਕਦੀਆਂ ਚੋ ਇਹੋ ਚਾਰ ਚਾਰ ਬੜੀਆਂ ਰਹਿੰਦੀਆਂ ਬਈ ਇਹਦੀਆਂ, ਫਿਰ ਵੀ ਇਹਨੂੰ ਛੱਡ ਕੇ ਕਿਤੇ ਜੋ ਕੇ ਦੇਖਣਾ, ਛੱਡਣੇ ਤਾਂ ਨਵੇਂ ਬੱਚੇ ਦੂਜੇ ਵੀ ਸੀ ਬਈ, ਕੀ ਕਰੀਏ ਬਸ। ਆ ਜਿਹੜੀ ਮਾਰ ਪੈਂਦੀ ਆ ਨਾ ਟਾਈਮ 'ਚ ਇਕੱਲੀ ਆਪਾਂ ਨੂੰ ਵੀ ਕਈ ਖਿਡਾਰੀਆਂ ਨੂੰ ਰੋੜ ਪੈਣੇ। ਅਤੇ ਆਹ ਉਹ ਆ ਜਿਹੜਾ ਇੱਕ ਨਵਾਂ ਹੋਰ ਛੱਡਿਆ ਸੀ ਅਤੇ ਇਹ ਵੀ ਆਪਾਂ ਲਾ ਲਿਆ, ਲਾ ਕੇ ਲਿਆ ਇਹ ਬਾਹਰ ਬੂਰ ਪਤਾ ਨਹੀਂ ਕਿੱਥੇ ਬਹਿ ਗਿਆ ਸੀਗਾ ਯਾਰ, ਅਤੇ ਆਹ ਹੁਣੀ ਲਾਇਆ ਇਹਨੂੰ, 10 ਮਿੰਟ ਹੋਏ ਨੇ ਕਬੂਤਰੀਆਂ ਫਿਰਦੀਆਂ ਘੁੰਮਦੀਆਂ। ਅਤੇ ਅੱਜ ਟੈਂਪਰੇਚਰ ਵੀ ਬਾਈ 40-40 ਦਾ ਦਿਖਾਉਂਦਾ ਸੀਗਾ ਟੈਂਪਰੇਚਰ, ਚਾਹੇ 40-39 ਦਾ ਦਿਖਾਉਂਦਾ ਸੀ, ਪਰ ਜਿਹੜੀ ਹਿਊਮਿਡਿਟੀ ਆ ਬਾਈ ਉਹ ਸਾਰੀ ਹੋਈ ਆ 20% ਹੈ। ਹਿਸਾਬ ਲਾ ਲਓ ਤੁਸੀਂ ਵੀ ਹਵਾ ਜਿਹੜੀ ਨਵੀਂ ਹੈ ਉਹ 20% ਹੀ ਹੈ, ਅਤੇ ਕਬੂਤਰੀਆਂ ਦੇ ਮੂੰਹ ਖੋਲ੍ਹੇ ਪਏ ਨੇ, ਹਿਸਾਬ ਲਾ ਲਓ। ਚਲੋ ਕਰਦੇ ਹਾਂ ਅੱਗੇ ਕੰਟੀਨਿਊ ਬਾਈ, ਜਦੋਂ ਵੀ ਆਉਣਗੀਆਂ ਇਹ, ਪਹਿਲੀ ਗੱਲ ਤਾਂ ਹੀ ਬਾਈ ਮੈਂ 2 ਟਾਂਗੇ ਲਾ ਤੇ, ਠੀਕ ਆ, ਬਾਹਰ ਡਾਉਣ ਨਾਲੋਂ ਚੰਗਾ ਬਾਈ ਘਰ ਹੀ ਬਹਿ ਜਾਣ, ਕਿਉਂਕਿ ਪਾਣੀ ਪੂਣੀ ਤਾਂ ਖਿੱਚ ਗਈਆਂ ਹੋਣਗੀਆਂ, ਠੀਕ ਆ, ਆਪਾਂ ਨੂੰ ਕੋਈ ਚੱਕਰ ਨਹੀਂ ਜ਼ਿਆਦਾ ਵੀ ਘਰੇ ਡਾਵੀਆਂ ਹੁਣ, ਘਰੇ ਵੱਧ ਡਾਉਣੀਆਂ ਆਪਾਂ। ਇਹ ਪੱਠੀ ਉਹਦੇ 3-3.5 ਵਜੇ ਬੈਠੀ ਸੀ, ਉਹਦੇ ਟੈਂਪਰੇਚਰ ਸੀ ਬਾਈ 38-39 ਦਾ, ਅਤੇ ਉਹਦੇ ਹਿਊਮਿਡਿਟੀ ਜ਼ਰੂਰ ਸੀਗੀ 42%, ਠੀਕ ਹੈ। ਇਹਨੂੰ ਹੁਣੀ ਲਾਇਆ ਬਾਈ, 1:40 ਕਿਤੇ ਉੱਤਰੀ ਆ ਖੱਟੀਆਂ ਵਾਲੀ, ਠੀਕ ਆ, ਇਹ ਹੁਣੀ ਉੱਤਰੀ ਆ ਹਜੇ, ਇਹਦੇ ਵੀ ਲਾ ਕੇ 32-32 ਇਹਨੂੰ ਵੀ ਬਿਠਾਉਣੇ ਆ, ਅਤੇ ਦੂਜੇ ਨੂੰ ਪਿਆਉਣੇ ਆ ਪਾਣੀ ਦੂਜੇ ਨੂੰ। ਕੀ ਹਾਲ ਚਾਲ ਆ ਮਿੱਤਰੋ, ਅਤੇ ਲੈ ਮਿੱਤਰੋ ਜਿਹੜੀ ਕਬੂਤਰੀ ਸਾਂਭ ਲੈਂਦਾ ਜੀ, ਅੱਜ ਉਹਨੂੰ ਬਦਾਮ ਦੇਣ ਲੱਗੇ ਹਾਂ, ਸਾਨੂੰ ਟੈਂਪਰੇਚਰ ਬਈ 42-43 ਦਾ ਦਿਖਾਉਂਦਾ, ਹਿਊਮਿਡਿਟੀ ਜਮ੍ਹਾਂ ਵੀ ਨਹੀਂ, ਅਤੇ 5 'ਤੇ ਸਾਂਭਾਂਗੇ ਬਾਈ, ਠੀਕ ਆ, ਚਾਲ ਚਿਹਣੇ ਖਾਣੀ ਨੀ। ਲੈ ਮਿੱਤਰੋ ਇਹ ਲੱਗ ਗਈ ਖਾਣ, ਬਾਕੀ ਅੱਗੇ ਜਿਵੇਂ ਜਿਵੇਂ ਆ ਸ਼ੇਅਰ ਕਰਾਂਗੇ ਬਾਈ ਤੁਹਾਡੇ ਭਰਾਵਾਂ ਨਾਲ ਸਾਰਾ। ਲੈ ਮਿੱਤਰੋ ਹੁਣ ਲਾਉਣ ਲੱਗਿਆ ਬਾਈ ਆਲੂ ਬੁਖਾਰਾ, ਅਤੇ ਆਲੂ ਬੁਖਾਰੇ ਨੂੰ ਆਪਾਂ ਉਹ ਨਹੀਂ ਕਰਦੇ ਹੱਥ ਨਾਲ, ਠੀਕ ਆ, ਸਿਰਫ ਆਪਾਂ ਇਹ ਹਿਲਾਵਾਂਗੇ, ਠੀਕ ਆ, ਹਿਲਾ ਕੇ ਅਤੇ ਇਹਦੇ 'ਚ ਪਾਣੀ ਹੋਰ ਪਾ ਕੇ, ਠੀਕ ਆ, ਅਤੇ ਇਹਨੂੰ ਆਪਾਂ ਛਾਣ ਲਾਂਗੇ, ਠੀਕ ਆ, ਅਤੇ ਛਾਣ ਕੇ ਦੇ ਕੇ ਦਿਖਾਉਣੇ ਆ ਤੁਹਾਨੂੰ, ਆਹ ਦੇਖੋ, ਠੀਕ ਆ, ਇਹ ਹਜੇ ਵੀ ਗਾੜਾ ਬਾਈ, ਆਹ
ਊਂ ਤਾਂ ਉਂਗਲ ਦਿੰਦੀ ਆ, ਥੋੜ੍ਹਾ ਜਿਹਾ ਗਾੜਾ ਥੋੜ੍ਹਾ ਜਿਹਾ ਹੋਰ ਪਤਲਾ ਕਰਾਂਗੇ ਅਤੇ ਕਰਦਾ ਅਤੇ ਦਿਖਾਉਣਾ ਤੁਹਾਨੂੰ। ਅਤੇ ਲੈ ਮਿੱਤਰੋ ਲੱਗਿਆ ਨੂੰ ਪੁੰਨ ਬਈ, ਠੀਕ ਹੈ, ਪਤਲੇ ਜਿਹੇ ਕੱਪੜੇ ਵਿੱਚ ਦੋ ਵਾਰੀ ਟਪਵਾ ਦਾਂਗੇ, ਠੀਕ ਹੈ, ਅਤੇ ਉਦੋਂ ਬਾਅਦ ਫਿਰ ਇਹਨੂੰ ਪਤਲਾ ਕਰਾਂਗੇ, ਠੀਕ ਹੈ। ਆ ਸਾਰਾ ਉਸੇ ਜਗਾੜ ਵਾਲਾ ਹੀ ਹੈ, ਤਾਂ ਹੀ ਇਹਦੇ 'ਚ ਪੀਲ ਜਿਹੀ ਆ ਰਹੀ ਹੈ ਕੱਪੜੇ 'ਚ ਵੀ, ਕਿਉਂਕਿ ਇਹਦੇ 'ਚ ਆਪਾਂ ਭੁੰਨਦੇ ਰਹਿੰਦੇ ਹਾਂ, ਥੋੜ੍ਹਾ ਨੀਵਾਂ ਕਰਦੇ ਰਹਿੰਦੇ ਹਾਂ, ਠੀਕ ਹੈ ਮਿੱਤਰੋ। ਆਲੂ ਬੁਖਾਰਾ ਹੁਣ ਨਹੀਂ ਪਿਆ ਬਈ, ਲਾ ਦੇਖੋ ਆਪਾਂ ਪਾਣੀ ਪਾਣੀ ਕੱਢਿਆ, ਪਿੱਛੋਂ ਉਂਗਲਾਂ ਦੀਆਂ ਨੇ ਹੁਣ ਹਿਸਾਬ ਲਾ ਲਓ, ਅਤੇ ਥੋੜ੍ਹਾ ਜਿਹਾ ਹੋਰ ਪਾ ਲਾਂਗੇ ਆਪਾਂ ਚੱਕ, ਓਕੇ। ਇਹਦੇ 'ਚ ਵਾਹਿਗੁਰੂ ਦਾ ਨਾਂ ਲੈ ਕੇ ਅਤੇ 20 ml ਭਰ ਕੇ ਦੇਵਾਂਗੇ, ਠੀਕ ਹੈ। ਉਦੋਂ ਬਾਅਦ ਦੇਵਾਂਗੇ ਬਿਠਾ, ਆ ਜਾ ਮੇਰੀ ਰਾਣੀ, ਨਾ ਪੁੱਤ ਐ ਨਾ ਕਰਿਆ ਕਰ, ਬਸ ਠੀਕ ਹੈ ਮਿੱਤਰੋ। ਹੁਣ ਦਿੱਤੀ ਛੱਡ, ਹੁਣ ਇਹਨੂੰ ਟੋਰ ਨਾਲ ਬਿਠਾ ਦਾਂਗੇ, ਇਹਦੇ ਨਾਲ ਹੁਣ ਕੋਈ ਪੰਗੇ ਨਹੀਂ ਲੈਂਦੇ, ਅਤੇ ਟਾਈਮ ਮਿੱਤਰੋ ਸਹੀ 5 ਦਾ ਹੋ ਰਿਹਾ, ਠੀਕ ਹੈ, ਓਕੇ। ਅਤੇ ਆਹ ਆਪਾਂ ਦੂਜਿਆਂ ਨੂੰ ਆਪਣੀਆਂ ਪੁੱਤਰੀਆਂ ਬੈਠੀਆਂ ਉਹਨਾਂ ਨੂੰ ਲਾ ਦਾਂਗੇ, ਕਿਉਂਕਿ ਇਹ ਜਲਾਬ ਦਾ ਕੰਮ ਹੀ ਕਰਨਾ, ਇਹਨੂੰ ਥੋੜ੍ਹਾ ਜਿਹਾ ਹੋਰ ਪਤਲਾ ਕਰ ਲੈਂਦੇ ਹਾਂ, ਅਤੇ ਚਾਹੇ ਆਪ ਪੀ ਲਈਏ ਕੋਈ ਚੱਕਰ ਹੀ ਨਹੀਂ ਹੈਗਾ, ਠੀਕ ਹੈ। ਸੋ ਬਾਕੀ ਅੱਗੇ ਬਈ ਜਦੋਂ ਇਹਨੂੰ ਕੁਛ ਵੀ ਅੱਗੇ ਕਰਾਂਗੇ ਅਤੇ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ, ਹੱਥ ਜੋੜ ਕੇ ਬੇਨਤੀ ਆ ਵਾ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ, ਜਦੋਂ ਬਾਜੀ 'ਤੇ ਗਏ ਬਾਜੀ ਵਾਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਠੀਕ ਹੈ, ਲਵ ਯੂ ਆ। ਇੱਕ ਫੋਟੋ ਖਿੱਚ ਲਈਏ ਮਿੱਤਰੋ, ਹੁਣ ਆ ਸ਼ਾਮ ਦਾ ਟਾਈਮ ਅਤੇ ਆਪਾਂ ਕਰਤੇ ਖੁੱਡੇ ਸਾਫ਼ ਬਈ, ਅਤੇ ਹੁਣ ਲਾਵਾਂਗੇ ਇਹਦੇ 'ਤੇ ਆਪਾਂ ਪੋਚਾ, ਇੱਧਰਲਾ ਖੁੱਡਾ ਵੀ ਦੇਖ ਲਓ। ਬਾਕੀ ਬਾਈ ਹੁਣ ਵਾਹਿਗੁਰੂ ਸੁੱਖ ਰੱਖੇ, ਖੁੱਡੇ ਆਪਾਂ ਵਧਾਉਣੇ ਨੇ, ਵੱਡੇ ਕਰਨੇ ਨੇ, ਅਤੇ ਦੋ ਖੁੱਡੇ ਉੱਤੇ ਪਾਉਣੇ ਆ, ਵਾਹਿਗੁਰੂ ਕਿਸੇ ਬਸ ਹੱਥ ਵੜੇ ਬਸ, ਠੀਕ ਆ, ਬਾਬਾ ਮਿਹਰ ਕਰੇ, ਦੋ ਖੁੱਡੇ ਉੱਡਣ ਵਾਲਿਆਂ ਦੇ ਉੱਤੇ ਪਾ ਦਾਂਗੇ ਅਤੇ ਬਾਕੀ ਸਾਰਿਆਂ ਨੂੰ ਥੱਲੇ ਕਰ ਦਾਂਗੇ, ਠੀਕ ਆ ਨਾ ਮਿੱਤਰੋ। ਲਾ ਸਫਾ ਸਾਫ਼ ਸਫਾਈ ਆਪਣਾ ਚੱਲ ਰਿਹਾ, ਠੀਕ ਆ, ਅਤੇ ਕੂਤਰੀਆਂ ਕੂਤਰੀਆਂ ਕੀ ਕਰ ਰਹੀਆਂ, ਅਤੇ ਬੱਚੇ ਕੁਦਰਤ ਸ਼ੁਕਰ ਹੈ ਥੋੜ੍ਹੇ ਜਿਹੇ ਲੋਟ ਆ ਮਿੱਤਰੋ ਪਹਿਲਾਂ ਨਾਲੋਂ। ਆਹ ਦੇਖੋ ਇਹ ਤਾਂ ਘੱਟ ਥੋੜ੍ਹਾ ਜਿਹਾ ਹੈਗਾ, ਆਹ ਦੇਖੋ ਅੱਖਾਂ ਖੁੱਲ੍ਹ ਗਈਆਂ ਬਈ ਕਈਆਂ ਦੀਆਂ, ਆਹ ਕਬੂਤਰੀ 'ਚ ਇਹ ਵੀ ਮੁੜਿਆ ਜੀ, ਉਹ ਵੀ ਸੈੱਟ ਆ ਹਜੇ ਥੋੜ੍ਹੀ ਜਿਹੀ, ਆਹ ਕਈ ਇਹਨਾਂ 'ਚੋਂ ਬੱਚੇ ਵੈਸੇ ਸੈੱਟ ਨੇ ਪਰ ਅੱਖਾਂ ਜੀਆਂ ਬੰਦ ਰੱਖਦੇ ਨੇ, ਠੀਕ ਆ। ਅਤੇ ਅੱਗੇ ਕਰਾਂਗੇ ਇੱਧਰੋਂ ਇੱਧਰੋਂ ਵੀ, ਠੀਕ ਆ, ਕਾਫੀ ਫਰਕ ਆ ਯਾਰ, 50% ਫਰਕ ਪਾ ਤਾ ਬਈ ਉਹਨੇ, ਠੀਕ ਆ, ਜਿਹੜਾ ਆਪਾਂ
ਟੈਰਾਮਾਈਸੀਨ ਦਾ ਇੰਜੈਕਸ਼ਨ ਆਉਂਦਾ, ਉਹ ਪਾਈ ਜਾਂਦੇ ਅੱਖਾਂ 'ਚ। ਠੀਕ ਆ ਮਿੱਤਰੋ, ਆਹ ਦੇਖੋ ਜਿਵੇਂ ਆਹ ਵੀ ਹੁਣ ਅੱਖ ਹੀ ਖੋਲ੍ਹ ਗਿਆ, ਕਈ ਜਾਨਵਰ ਸੈੱਟ ਹੋ ਗਏ। ਬਾਕੀ ਬਈ ਬਾਜ਼ੀਆਂ 'ਚ ਤਾਂ ਤੁਹਾਨੂੰ ਹੁਣ ਪਤਾ ਦੁਬਾਰਾ ਰਿਕਵਰ ਕਰਨੇ ਕਿਹੜਾ ਸੌਖੇ ਨੇ, ਪਰ ਛੱਡਾਂਗੇ ਫਿਰ ਵੀ। ਠੀਕ ਆ, ਜੋ ਬਣਿਆ ਉਹ ਵਾਹਿਗੁਰੂ ਦੇ ਹੱਥ ਆ। ਠੀਕ ਆ, ਕਿਉਂਕਿ ਬਈ ਤੁਹਾਡੇ ਸਾਹਮਣੇ ਆ, ਜਾਨਵਰ ਆਹੀ ਨੇ। 3 ਕਬੂਤਰੀਆਂ ਨੇ ਸਿਰ ਫੱਟ, ਉਹਨਾਂ 'ਚ ਵੀ 1 ਦੀਆਂ ਅੱਖਾਂ ਖਰਾਬ ਨੇ, ਠੀਕ ਆ, 2 ਸਹੀ ਨੇ ਬਸ, ਬਾਕੀ ਸਾਰੇ ਮੰਜੇ ਹੋਏ ਨੇ। ਠੀਕ ਆ, ਅਤੇ ਬਾਕੀ ਵਾਹਿਗੁਰੂ ਆ ਨਾਲ ਬਈ, ਕਿਉਂਕਿ ਜਿਹਦੇ ਕਰਮਾਂ 'ਚ ਜੋ ਹੁੰਦਾ ਮਿਲ ਹੀ ਜਾਣਾ ਹੁੰਦਾ, ਹੈ ਨਾ। ਸੋ ਲਵ ਯੂ, ਅੱਗੇ ਵੀ ਵੀਡੀਓ ਸ਼ੇਅਰ ਕਰਾਂਗੇ, ਕਿਉਂਕਿ ਆਲੂ ਬੁਖਾਰਾ ਲਾਉਣਾ। ਠੀਕ ਆ, ਉਹਦੀ ਵੀਡੀਓ ਵੀ ਵਿੱਚ ਅਟੈਚ ਕਰਾਂਗੇ, ਪਾਣੀ 9 ਵਜੇ ਲਾਉਣਾ, ਕੀ ਸਿਸਟਮ ਹੈ, ਕਿਉਂਕਿ ਅੱਧੀ ਵੀਡੀਓ ਆਪਾਂ ਪਾਤੀ ਅਤੇ ਅਗਲੀ ਰਹਿ ਗਈ, ਅੱਜ ਰਾਤ ਦੀ ਸਾਂਭ ਵਾਲੀ ਰਹਿ ਗਈ, ਅਤੇ ਉਦੋਂ ਬਾਅਦ ਕੱਲ੍ਹ ਨੂੰ ਬਾਜੀ ਵਾਲੀ ਪਾਵਾਂਗੇ, ਅਤੇ ਦੇਖਦੇ ਹਾਂ ਕੀ ਰੱਪਾ ਪਾ, ਕੀ ਰੰਗ ਬਣਦਾ। ਠੀਕ ਆ, ਲਵ ਯੂ ਆ। ਲੈ ਬਾਕੀ ਸੱਜੇ ਪਾਸੇ ਆ ਬਈ ਇਕੱਲੀ ਲਾਲ ਫੱਟੀ। ਠੀਕ ਆ, ਅਤੇ ਖੱਬੇ ਪਾਸੇ ਦੋਵੇਂ ਹਰੀਆਂ ਫੱਟੀਆਂ। ਠੀਕ ਆ, ਇਹਨੂੰ ਫੱਟੀਆਂ ਲਾ ਲਾ, ਚਾਹੇ ਡੰਡੇ ਲਾ ਲਾ, ਅਤੇ ਹੋਰ ਕਿਤੇ ਰੰਗ ਹੈ ਨਹੀਂ, ਇਹਦੇ ਸ਼ਾਖ ਹੀ ਹੈ। ਠੀਕ ਹੈ, ਆਹ ਦੇਖੋ ਬਈ, ਆਪਾਂ ਕਰਤੀ ਸੀ ਚਲੋ ਸਫਾਈ, ਚਮਕਾਤਾ ਦੀ ਕੰਮ। ਠੀਕ ਆ, ਅਤੇ ਗੁੱਡ ਨਾਈਟ ਆਪਾਂ ਇੱਧਰ ਛੱਡ ਰੱਖੀ ਸੀ। ਠੀਕ ਆ, ਅਤੇ ਇੱਕ ਖੁੱਡਾ ਰਹਿ ਗਿਆ ਸੀ ਬਈ, 2 ਖੁੱਡੇ ਆਪਣੇ, ਉਹਦੀ ਤਾਰ ਆਹ ਕੱਢ ਲਈ, ਅਤੇ ਹੁਣ ਲਾਉਣੇ ਆ ਮਿੱਤਰੋ। ਆਹ ਦੇਖੋ, ਇਹ ਛੱਡ ਰੱਖੀ ਸੀ, ਇਹ ਮੱਲਾਂ ਦਾ 10 ਦਿਨਾਂ ਦਾ ਹੁੰਦਾ ਪ੍ਰੋਸੀਜਰ। ਆਹ ਦੇਖ ਲਓ, ਇੱਕ ਵੀ ਮੱਛਰ ਦਿਖਾ ਦਿਓ। ਪਹਿਲਾਂ ਤਾਂ ਚਲੋ ਵਿਚਾਰੇ ਗਰੀਬਾਂ ਨਾਲ ਜੋ ਹੋ ਗਿਆ ਹੋ ਗਿਆ ਬਈ, ਗਲਤੀ ਆਪਣੀ ਹੋਈ ਹੈ ਇਹਨਾਂ ਦੀ ਨਹੀਂ। ਆਹ ਦੇਖੋ, ਚਲੋ ਬਈ ਆਪਾਂ ਬਈ 2 ਦਿਨ ਨਹੀਂ ਟੱਪਣ ਦੇ, 3 ਦਿਨ ਸਫਾਈ ਕਰਕੇ ਪੋਚਾ ਮਾਰ ਦਿੰਦੇ, ਪਰ ਫਿਰ ਵੀ ਤੁਹਾਡੇ ਸਾਹਮਣੇ ਇੰਨੀ ਮਿਹਨਤ ਦੇ ਬਾਵਜੂਦ ਵੀ, ਚਲੋ ਜੋ ਕਰਦਾ ਰੱਬ ਚੰਗਾ ਹੀ ਕਰਦਾ। ਉਹਦਾ ਸੰਦ ਸਪੜਾ ਪਿਆ, ਠੀਕ ਆ, ਲਾਉਣ ਲੱਗਿਆ, ਅਤੇ ਲਾ ਕੇ ਫਿਰ ਕਰਾਉਣਾ ਤੁਹਾਨੂੰ ਚੈੱਕ। ਪਰ ਬਈ ਪਹਿਲਾਂ ਨਾਲੋਂ ਕਈ ਜਾਨਵਰਾਂ 'ਚ ਬਹੁਤ ਫਰਕ ਆ ਬਈ, ਬੱਚਿਆਂ 'ਚ। ਆਹ ਦੇਖੋ, ਧੋਣਾ ਚੱਕੀ ਖੜੇ ਨੇ, ਨਹੀਂ ਤਾਂ ਜਮਾਂ ਨਹੀਂ ਚੱਕਦੇ ਸੀ ਇਹਦਾ ਵਿਚਾਰੇ। ਆਹ ਥੱਲੇ ਬੈਠੇ ਆ ਦੇਖੋ ਜਿਹੜੇ, ਹੈ ਨਾ, ਆਹ ਬੈਠਾ ਜਿਵੇਂ ਕਾਲਾ ਚੀਨਾ ਹੋ ਗਿਆ, ਆਹ ਪਿੱਛੇ ਆਹ ਬੈਠਾ, ਠੀਕ ਆ, ਅਤੇ ਆਹ ਚਿੱਟੀਆਂ ਵਾਲਾ ਹੋ ਗਿਆ, ਆਹ ਰੱਤਾ ਇੱਧਰ ਬੈਠਾ ਹੋ ਗਿਆ, ਇਹਦੇ ਮਨਾਲ ਬੈਠਾ, ਉਹ ਦੁਪਰਾਂ ਬੈਠਾ, ਉਹ ਰੱਤਾ ਹੋ ਗਿਆ। ਇਹ ਸਾਰੇ ਹੁਣ ਵਧੀਆ ਥੋੜ੍ਹਾ ਜਿਹਾ ਸੈੱਟ ਨੇ, ਇਹਨਾਂ ਨੂੰ ਹੁਣ ਪਾਵਰ ਜੈੱਲ ਦੀ ਗੜੂਤ ਕੱਢਾਂਗੇ, ਅਤੇ ਉਹ ਜਿਹੜਾ ਆਪਾਂ ਫੜਿਆ ਸੀ ਉਹ ਪਤੰਦਰ ਤਾਂ ਹੀ ਰਹਿੰਦਾ ਬਸ। ਠੀਕ ਆ, ਪਤਾ ਨਹੀਂ ਗੁੜਕਦਾ ਵੀ ਹੈ ਕਿ ਨਹੀਂ। ਧੌਣ ਜਿਹਦੇ ਮੈਨੂੰ ਲੱਛਣ ਜਿਹਦੇ ਹੋਰ ਹੀ ਲੱਗਦੇ ਆ, ਪਤਾ ਨਹੀਂ ਉਈ ਲੱਗਦੇ ਨੇ। ਕਬੂਤਰ ਹਲਕਾ ਹੋਇਆ ਹੋਇਆ, ਅਤੇ ਉਹਨੂੰ ਕਹਿੰਦੇ ਕਬੂਤਰ ਉੱਡਿਆ ਬਹੁਤ ਹੈ, ਕਹਿੰਦੇ ਛੱਪੜ 'ਚ ਫਿਰਦਾ ਸੀ ਭਾਈ। ਜਾਨਵਰ ਚੰਗਾ ਸਾਰੇ ਪਾਸਿਓਂ ਬਈ, ਪਰਾਂ ਕੰਨੀ ਉਹ ਵੀ, ਅੱਖਾਂ ਕੰਨੀ ਉਹ ਵੀ। ਆਹਦੇ ਇੱਕ ਗੂੰ ਗੂੰ ਬੜਾ ਕਰਦਾ ਬੰਦੇ ਨੂੰ ਦੇਖ ਕੇ ਯਾਰ, ਵੀ ਜਿਵੇਂ ਕਿਸੇ ਲਾਤੜੂ ਜਿਹੇ ਬੰਦੇ ਦਾ ਲੱਗਦਾ ਮੈਨੂੰ, ਇਹਦੇ ਕੋਲ 5-4 ਕਬੂਤਰ ਜੇ ਹੋਣ, ਇਹੋ ਜਿਹੇ ਬੰਦੇ ਦਾ ਲੱਗਦਾ ਮੈਨੂੰ। ਅਰੇ ਗੂੰ ਗੂੰ ਐਂ ਕਰਦਾ ਰਹਿੰਦਾ ਬਸ। ਠੀਕ ਆ, ਆਹ ਕਈ ਬੱਚੇ ਸੈੱਟ ਹੋਏ ਨੇ ਬਈ, ਜਿਵੇਂ ਆਹ ਬੈਠਾ ਨਾ। ਚਲੋ ਬਈ, ਅਤੇ ਹੁਣ ਰਾਤ ਵਾਲਾ ਪ੍ਰੋਸੀਜਰ ਕਰਦੇ ਹਾਂ ਤੁਹਾਡੇ ਨਾਲ, ਜਿਹੜਾ ਪਾਣੀ ਵਾਲਾ ਰਹਿ ਗਿਆ ਅਤੇ ਪਾਣੀ ਦੀਆਂ ਨਲਕੀਆਂ ਰਹਿ ਗਈਆਂ ਜਿਹੜੀਆਂ ਖਿਚਾਉਣ ਵਾਲੀਆਂ, ਸਾਰਾ ਤੁਹਾਡੇ ਨਾਲ ਕਰਾਂਗੇ। ਆਪਾਂ ਕੁਛ ਨਹੀਂ ਲੁਕਾਉਂਦੇ ਤੁਹਾਡੇ ਤੋਂ ਬਈ, ਇੱਜ਼ਤ ਦੇਣੀ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ। ਠੀਕ ਆ,
ਇੱਥੋਂ ਜੱਗ ਤੋਂ ਕਿਸੇ ਨੇ ਕੁਛ ਨਹੀਂ ਲੈ ਜਾਣਾ ਬਈ, ਉਸ ਟਾਈਮ 'ਤੇ ਤਾਂ ਕੱਪੜਾ ਵੀ ਨਾਲ ਨਹੀਂ ਜਾਂਦਾ। ਹੋਰ ਦੱਸੋ, ਚਲੋ ਕਰਦੇ ਹਾਂ ਬਈ ਅੱਗੇ ਸ਼ੇਅਰ। ਆ ਬਾਕੀ ਤਾਂ ਦੋਵਾਂ 'ਚ ਲਾਏ ਹੋਏ ਨੇ, ਇੱਕ 'ਚ ਰਹਿ ਗਿਆ ਸੀ ਆਹ ਦੋਵਾਂ 'ਚ ਬਈ, ਇਹ 'ਚ ਵੀ ਲਾਉਣ ਲੱਗਿਆ ਪੈਂਥਰ। ਠੀਕ ਹੈ, ਆਏ ਹਾਏ, ਮੱਛਰ ਨੇ ਬਹੁਤ ਜ਼ਿਆਦਾ ਤੰਗ ਕੀਤਾ ਸੀ ਭਰਾਵੋ, ਅਤੇ ਫਿਰ ਲਿਆਂਦਾ ਜਗਾੜ ਆਪਾਂ। ਠੀਕ ਆ, ਵਾਹਿਗੁਰੂ ਦੀ ਕਿਰਪਾ ਨਾਲ ਲਾਉਣੇ ਆ ਇਹ, ਲਾ ਕੇ ਫਿਰ ਦਿਖਾਉਣੇ ਤੁਹਾਨੂੰ। ਆਹ ਲਾ ਕੇ ਅਤੇ ਮਿੱਤਰੋ ਛੱਡਤਾ, ਇਹ ਦੋਵੇਂ ਖੁੱਡਿਆਂ 'ਚ ਹੀ ਜਾਊ ਹੁਣ ਵੀਰੇ। ਠੀਕ ਹੈ, ਸੋ ਬਾਕੀ ਮਿਲਦੇ ਹਾਂ ਪਾਣੀ ਲਾਉਣ ਵੇਲੇ। ਲਵ ਯੂ ਮਿੱਤਰੋ। ਟਾਈਮ ਹੋ ਰਿਹਾ ਬਈ ਰਾਤ ਦਾ 12 ਦਾ, ਲੱਗੇ ਆਪਾਂ ਪਾਣੀ ਦੇਣ। ਠੀਕ ਹੈ, ਮਤਲਬ 50 ਕੈਮਲ ਪਾਣੀ 'ਚ ਆਪਾਂ ਉਹ ਕੀਤਾ ਸੀ, ਇਹਦੇ 50 ਕੈਮਲ ਹੀ ਹੋਊਗਾ ਮੰਨ ਕਰ। ਠੀਕ ਹੈ, ਅਤੇ ਦੇ ਕੇ ਇਹਨੂੰ ਗਦਾ ਗਦ ਲੈ ਕੇ ਬਾਬੇ ਦਾ ਨਾ ਬਿਠਾ ਦਿੰਦੇ ਹਾਂ। ਠੀਕ ਆ, ਲਿਆਂਦੀ ਇਹਦੇ 'ਚ ਦੇਵਾਂਗੇ ਆਪਾਂ ਪੂਰਾ 30 ml ਪਾਣੀ। ਠੀਕ ਹੈ, ਅਤੇ ਦੇ ਕੇ ਇਹਦੇ ਬਾਬੇ ਨਾਨਕ ਦੀ ਕਿਰਪਾ ਨਾਲ ਬਿਠਾ ਦਾਂਗੇ ਇਹਨੂੰ। ਅਤੇ ਪਿਛਲੀ ਵੀਡੀਓ 'ਤੇ ਕਮੈਂਟ ਜਿਹੇ ਆਈ ਜਾਂਦੇ ਸੀ ਬਈ ਜੋ ਦੱਸਣਾ ਜੀ ਕਿਰਪਾਈ ਕਿਉਂ, ਉਹ ਭਰਾਵਾ ਗੇੜਿਆਂ ਤੋਂ ਬਾਅਦ 2 ਦਿਨਾਂ ਦੀ ਸਾਂਭ ਹੁੰਦੀ ਹੈ, 1 ਦਿਨ ਦੀ ਨਹੀਂ ਹੁੰਦੀ। ਠੀਕ ਹੈ, ਜੇ ਆਪਾਂ ਕਹੀਏ 1 ਦਿਨ ਦੀ ਹੁੰਦੀ ਹੈ, 2 ਦਿਨਾਂ ਦੀ ਸਾਂਭ ਹੁੰਦੀ ਆ ਮਿੱਤਰੋ। ਠੀਕ ਹੈ, 1 ਦਿਨ ਦਾ ਜਿਹਦੇ ਆਪਾਂ ਬਾਜੀ ਛੱਡਣਾ ਹੁੰਦਾ ਉਦੋਂ ਪਹਿਲਾਂ ਹੁੰਦੀ ਹੈ 1 ਦਿਨ ਤਾਂ। ਠੀਕ ਹੈ, ਅਤੇ 1 ਦਿਨ ਉਦੋਂ ਪਹਿਲਾਂ ਜਿਹੜੀ ਹੁੰਦੀ ਹੈ ਉਹ ਦਿਨ ਦੀ ਸਾਂਭ ਦੀ ਗੱਲ ਕੀਤੀ ਸੀ ਮੈਂ, ਅਤੇ ਮੇਰਾ ਐਂ ਹਿਸਾਬ ਲਾ ਲਓ ਬਈ ਵੀਡੀਓ ਬਾਹਲੀ ਜ਼ਿਆਦਾ ਲੰਬੀ ਹੋ ਗਈ ਸੀ। ਠੀਕ ਹੈ, ਘੱਟੋ ਘੱਟ 30 ਮਿੰਟਾਂ ਦੀ ਬਣ ਰਹੀ ਸੀ, ਉਹ 'ਚੋਂ ਵੀ ਕੱਟ ਵੱਟ ਕਰਕੇ ਫਿਰ ਤੁਹਾਡੇ ਭਰਾਵਾਂ ਨਾਲ 20 ਮਿੰਟਾਂ ਦੀ ਮਸਾਂ ਸ਼ੇਅਰ ਕੀਤੀ ਹੈ। ਠੀਕ ਹੈ, ਪਾਣੀ ਦਿੱਤਾ ਦੇ, ਵਾਹਿਗੁਰੂ ਦੀ ਕਿਰਪਾ ਨਾਲ। ਅਤੇ ਆਲੂ ਬੁਖਾਰਾ ਦੇਖ ਲਓ ਬਈ, ਨਾਲੇ ਆਪਾਂ ਲਾਤਾ ਅਤੇ ਫਿਰ ਵੀ ਉਦੋਂ ਬਾਅਦ ਮੈਂ ਥੋੜ੍ਹਾ ਜਿਹਾ ਪਾਣੀ ਵੀ ਪਾ ਕੇ ਛੱਡਤਾ ਇਹਦੇ 'ਚ, ਅਤੇ ਦੇਖ ਲਓ ਇਹ ਆਲੂ ਬੁਖਾਰੇ ਬਈ ਉੱਧਰੋਂ ਹੀ ਲਿਆਂਦੇ, ਫਰੀਦਕੋਟ ਕੰਨੀਓ ਲਿਆਂਦੇ ਸੀ ਆਪਾਂ, ਅਤੇ ਸਿਰਾ ਗੱਲਬਾਤ ਹੀ ਆ। ਲੈ ਮਿੱਤਰੋ ਹੁਣ ਇਹਨੂੰ ਦੇਤਾ, ਇਹਨੂੰ ਬਿਠਾਵਾਂਗੇ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੜਕੇ ਬਸ ਜਦੋਂ ਖਿੱਚ ਗਈ ਉਦੋਂ ਬਾਅਦ 5 ਜਾਂ 10 ml ਫੋਕਾ ਪਾਣੀ ਦੇਵਾਂਗੇ। ਠੀਕ ਹੈ, ਅਤੇ ਫਿਰ ਮਿਲਦੇ ਹਾਂ ਬਈ। ਅਤੇ ਭਰਾ ਬਣ ਕੇ ਕਮੈਂਟ ਕਰਨ ਤੋਂ ਬਾਅਦ ਪਹਿਲਾਂ ਹੈ ਨਾ ਥੋੜ੍ਹਾ ਜਿਹਾ ਸੋਚ ਲਿਆ ਕਰੋ ਯਾਰ, ਸਮਝ ਲਿਆ ਕਰੋ, ਅਤੇ ਇੱਕ ਦੂਜੇ ਉਹੀ ਲੱਗ ਜਾਂਦੇ ਆ। ਇੱਕ ਕਹਿੰਦਾ ਬਈ ਮੈਂ ਤੇਰਾ ਕਮੈਂਟ ਪੜ੍ਹ ਕੇ ਇੱਥੇ ਵੀਡੀਓ ਬੰਦ ਕਰਤੀ ਲੈ, ਬਈ ਜਿਹਨੇ ਸਿੱਖਣਾ ਹੁੰਦਾ ਨਾ ਉਹ ਸਿੱਖ ਹੀ ਜਾਂਦਾ, ਉਹਨੇ ਦੇਖ ਹੀ ਲੈਣੀ ਆ ਵੀਡੀਓ। ਠੀਕ ਹੈ, ਜਾਂ ਕਈ ਭਰਾ ਉਹੀ ਗੱਲ ਫਿਰ ਬਿਨ ਮਤਲਬ ਦੇ ਕਮੈਂਟ ਕਰਨ ਆਉਂਦੇ, ਜਿਵੇਂ ਪਰਸੋਂ ਇੱਕ ਨੇ ਕੀਤਾ ਸੀ
ਕਹਿੰਦਾ ਬਾਈ ਬੱਤੀ ਕਿਉਂ ਲਾਉਣੀ ਹੋ, ਬੰਦਾ ਭੱਜ ਕੇ ਆਉਂਦਾ, ਉਹਦੇ ਕਿਹੜਾ ਗੱਲ 'ਚ ਪਰਨਾ ਮਾਰ ਦਿੰਦੇ ਜੇ ਉਹ, ਠੀਕ ਹੈ। ਇਹ ਤਾਂ ਬਾਈ ਜੋ ਮਰਜ਼ੀ ਕਹੀ ਜਾਓ ਯਾਰ, ਕਿਸੇ ਦਾ ਆਪਾਂ ਮੂੰਹ ਨਹੀਂ ਫੜ ਸਕਦੇ ਅਤੇ ਕਿਸੇ ਦੇ ਆਪਾਂ ਬਰੋਬਰ ਨਹੀਂ ਚੱਲ ਸਕਦੇ, ਠੀਕ ਹੈ। ਆਪਣੀ ਖੇਡ, ਆਪਣਾ ਸ਼ੌਂਕ ਹੈ, ਆਪਾਂ ਕਰੀ ਆ। ਤੁਹਾਡੇ ਸਾਹਮਣੇ ਆ, ਦੇਖ ਲਓ ਯਾਰ, ਮੇਰੇ ਕਬੂਤਰ ਸਾਰੇ ਬਿਮਾਰ ਹੋ ਰਹੇ ਨੇ ਬਾਈ, ਠੀਕ ਹੈ। ਕਿੰਨਾ ਬੁਰਾ ਹਾਲ ਆ, ਤੁਹਾਨੂੰ ਵੀ ਦਿਖਾਇਆ ਮੈਂ, ਹਜੇ ਚੰਗੀ ਤਰ੍ਹਾਂ ਦਿਖਾਉਂਦਾ ਨਹੀਂ ਵੀ ਯੂਟਿਊਬ ਨਾਲ ਕਿਤੇ ਉਹ ਕਰਦੇ, ਹੈ ਨਾ, ਅੱਖਾਂ ਔਖਾਂ ਜਿਹੀਆਂ ਦਾ ਬੁਰਾ ਹਾਲ ਜਿਹਾ ਹੋ ਰਿਹਾ। ਅਤੇ ਯਾਰ ਫਿਰ ਵੀ ਦੇਖ ਲਓ, ਮੈਂ ਤੁਹਾਡੇ ਭਰਾਵਾਂ ਕਰਕੇ ਹੈ ਨਾ ਬਾਜ਼ੀਆਂ ਛੱਡੀ ਜਾਂਦਾ, ਸੋ ਭਰਾ ਬਣ ਕੇ ਐਵੇਂ ਨਾ ਕਰਿਆ ਕਰੋ, ਹੱਥ ਜੋੜ ਕੇ ਬੇਨਤੀ ਆ, ਠੀਕ ਆ। ਆਪਾਂ ਹੌਲੀ ਹੌਲੀ ਨਾ, ਬਸ ਤੁਹਾਨੂੰ ਜਾਨਵਰ ਪੰਛੀਆਂ ਦੇ ਸ਼ੌਂਕ, ਠੀਕ ਆ, ਜੋ ਕੁਛ ਵੀ ਆ ਮਾੜਾ ਮੋਟਾ ਨੁਕਤਾ ਵੀ ਦੱਸਦੇ ਰਿਹਾ ਕਰਾਂਗੇ, ਠੀਕ ਆ। ਹੁਣ ਅਸੀਂ ਹੌਲੀ ਹੌਲੀ ਚੈਨਲ ਅਸੀਂ ਚਲਾਵਾਂਗੇ, ਠੀਕ ਆ। ਪਹਿਲਾਂ ਆਪਾਂ ਇਕੱਲੀ ਨੁਕਤਿਆਂ ਦੀ ਵੀਡੀਓ ਪਾਉਂਦੇ ਹੁੰਦੇ ਸੀ, ਠੀਕ ਆ। ਅੱਜ ਕੱਲ੍ਹ ਉਹਨੂੰ ਕੋਈ ਘੱਟ ਨਹੀਂ ਦੇਖਦੇ ਨੇ ਬਈ, ਕਿਉਂ ਵਲੋਗਿੰਗ ਦਾ ਜ਼ਮਾਨਾ ਚੱਲ ਰਿਹਾ ਅੱਜ ਕੱਲ੍ਹ। ਲੋਕ ਬਈ, ਠੀਕ ਆ, ਮੈਂ ਕਬੂਤਰ ਲਾਈ ਜਾਂਦਾ, ਮੈਂ ਛੱਡੀ ਜਾਂਦਾ, ਜੇ ਉਹ ਹੈ ਨਾ, ਇਹੋ ਜਿਹੀਆਂ ਚੀਜ਼ਾਂ ਨਵੇਂ ਪਸੰਦ ਕਰਦੇ, ਕਿਉਂ ਇੱਕ ਨਾ ਜਦੋਂ ਬੈਠ ਕੇ ਦੇਖਣ ਲੱਗਦੇ ਉਹ ਸਵਾਦ ਆਉਣ ਲੱਗ ਜਾਂਦਾ, ਤਾਂ ਕਰਕੇ, ਠੀਕ ਆ, ਲੋਕ ਦੇਖਦੇ ਆ ਬਈ। ਅਤੇ ਆਪਣੀਆਂ ਜਿੰਨੇ ਭਰਾ ਨੇ ਦਿਲੋਂ ਰਿਸਪੈਕਟ ਆ, ਹੈ ਨਾ, ਦੇਖਦੇ ਜਿਹੜੇ ਵੀ, ਅਤੇ ਉਹਨਾਂ ਵਾਸਤੇ ਬਾਈ ਡੇਲੀ ਵੀਡੀਓ ਵੀ ਪਾਉਣਾ ਕਰਾਂਗੇ। ਬਾਕੀ ਹੁਣ ਇਦੂ ਬਾਅਦ ਵਾਲੀ ਵੀਡੀਓ ਆ ਜਿਹੜੀ ਬਾਜੀ ਦੀ ਆਊਗੀ, ਠੀਕ ਆ। ਹੁਣ ਦੇਖੋ ਤੁਹਾਡੇ ਸਾਹਮਣੇ ਕਬੂਤਰ ਬਿਮਾਰ ਨੇ, ਜੋ ਕਰਨਗੇ ਤੁਹਾਡੇ ਸਾਹਮਣੇ ਆ, ਠੀਕ ਆ। ਤੁਹਾਨੂੰ ਰਿਜ਼ਲਟ ਦੱਸਾਂਗੇ ਵੀ ਕੀ ਕੀਤਾ, ਠੀਕ ਆ। ਆਪਦੇ ਕੰਨੀਓ ਬਾਈ 100 ਕਰੀ ਜਾਂਦੇ ਹਾਂ, ਗਾਂਹ ਰੱਬ ਨੂੰ ਪਤਾ, ਠੀਕ ਆ। ਕਈ ਤਾਂ ਆਉਂਦੇ ਬਹਾਨੇ ਹੁੰਦੇ ਨੇ ਬਾਈ, ਆਪਾਂ ਤੁਹਾਨੂੰ ਕਬੂਤਰ ਵੀ ਦਿਖਾਤੇ ਯਾਰ, ਵੀ ਮੇਰੇ ਜਿਹੜੇ ਚੱਲਦੇ ਵੀ ਸੀ, ਠੀਕ ਆ, ਸਾਰੇ ਬੱਚੇ ਬੁੱਚੇ ਜੇ ਸਭ ਰਗੜੇ ਗਏ। ਇੱਕ ਭਰਾ ਕਹਿੰਦਾ ਸੀਗਾ ਕਿੰਨੀਆਂ ਬਾਜ਼ੀਆਂ ਜਿੱਤੇ, ਕਿੰਨੀਆਂ, ਉਹ ਜਸ਼ਨ, ਜਸ਼ਨ ਹੈ ਨਾਮ ਉਹਦਾ, ਠੀਕ ਹੈ। ਉਹ ਭਰਾ ਮੇਰੇ ਆ, 3 ਛੱਡੀਆਂ ਨੇ, 1 'ਚ ਹਿੱਸਾ ਲਿਆ। ਬਾਕੀ ਜੇ ਤੈਨੂੰ ਜ਼ਿਆਦਾ ਭਾਈ ਤੂੰ ਮੇਰੇ ਕੋਲ ਆ ਜੀ, ਠੀਕ ਆ, ਆ ਕੇ ਪੁੱਛ ਲਈ, ਅਤੇ ਨਾਲੇ ਜਾਨਵਰ ਦੇਖ ਲਈ, ਮੈਨੂੰ ਪਤਾ ਹੋਊਗਾ ਇਹ ਇੱਥੋਂ ਦਾ ਹੀ, ਇੰਨਾ ਵੀ ਪਤਾ। ਚਲੋ, ਸੋ ਲਵ ਯੂ ਆ ਬਾਈ, ਠੀਕ ਆ, ਮਿਲਦੇ ਹਾਂ ਅਤੇ ਸਵੇਰੇ ਜਦੋਂ ਉਹਨੂੰ ਪਾਣੀ ਪੂਣੀ ਦੇਵਾਂਗੇ ਜਾਂ ਬਾਜੀ 'ਤੇ। ਸਤਿ ਸ਼੍ਰੀ ਅਕਾਲ ਮਿੱਤਰੋ, ਲੈ ਮਿੱਤਰੋ ਆਓ ਬੈਠੀਏ ਕਬੂਤਰੀ, ਅਤੇ ਦੋ ਆਪਾਂ ਛੱਡਣੀਆਂ ਨੇ 3, ਅਤੇ ਉਹਨਾਂ ਦੀ ਮਾਰਦੇ ਹਾਂ ਪਲਟੀ, ਠੀਕ ਹੈ, ਕਬੂਤਰੀਆਂ ਆਪਣੀਆਂ। ਆਹ ਦੇਖ ਲੈ, ਜਮ੍ਹਾਂ ਸਹੀ ਬੈਠੀ ਸੀ ਕਬੂਤਰੀ ਬਾਈ, ਪਤਾ ਨਹੀਂ ਕਿੱਧਰੋਂ 1 ਮਿੰਟ ਜੀ ਅੱਖ ਬੰਦ ਹੋ ਗਈ ਇਹਦੀ, ਦੱਸ ਕੀ ਕਹੇ, ਪਤਾ ਨਹੀਂ ਕਿੱਥੋਂ। ਅਤੇ ਦਿਖਾਉਣੇ ਆ ਪਲਟਾਈ, ਮਿੱਤਰ ਇਹਨੂੰ ਲੱਗਿਆ ਪਲਟਣ ਬਾਈ, ਛੱਡਣੀ ਆ ਤਾਂ ਕਰਕੇ। ਆ ਜਾਣ ਤੋਂ ਪਹਿਲਾਂ 2 ਕਬੂਤਰੀਆਂ ਡਾ ਜਾਈਏ, 2 ਕਬੂਤਰੀਆਂ ਹੀ ਆ ਹੁਣ ਤਾਂ ਆਪਣੇ ਕੋਲੇ, ਬਸ ਰੁਕ ਜਾ ਬੇਟੀ, ਫਿਰ ਪਹਿਲਾਂ ਆਪ ਘੱਟ ਖਾਇਆ ਕਰੋ, ਅਤੇ ਰਾਤ ਮੈਂ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਬਈ, ਤਾਂ ਕਰਕੇ ਖੁਰਾਕ ਤੋਰੀ ਨਹੀਂ ਇਹਨਾਂ ਨੇ, ਰੱਖ ਕੇ ਬਹਿ ਗਈਆਂ। ਰਾਤ ਬਈ ਪਾਣੀ ਤੋਂ ਸੁੱਕੀਆਂ ਰਹੀਆਂ ਯਾਰ, ਤਾਂ ਕਰਕੇ ਨਾ ਇਕੱਠੀਆਂ ਹੀ ਬਣ ਗਈਆਂ, ਜੁੜ ਗਏ ਬਦਾਮ ਦੇ। ਪਾਣੀ ਸਾਂਭ ਸੰਭਾਲ 'ਚ ਮੈਂ ਵੀ ਭੁੱਲ ਗਿਆ, ਪਲਟਾਈਏ
ਕੱਪੜਾ ਰੱਖ ਲਿਆ ਕਰੋ ਬਾਈ ਕੋਲੇ, ਮੈਂ ਭੁੱਲ ਲਿਆ ਕੱਪੜਾ। ਆਦੇ ਖਾਲੀ ਇੱਕ ਅੱਧਾ ਕਚਰਾ ਰਹਿ ਗਿਆ, ਠੀਕ ਹੈ ਮੈਂ ਲਹੋਰ ਦੇ ਕੇ ਹੋਰ ਪਲਟਾ ਦਿੰਦੇ। ਅਤੇ ਉਹਦੇ ਬਾਈ ਜਾਮ ਹੋਏ ਪਏ ਸੀ ਕਿਉਂਕਿ ਉਹਨੇ ਪਾਣੀ ਮੱਲਾ ਦਾ ਪੀਤਾ ਹੀ ਨਹੀਂ ਸੀ। ਇੱਕੋ ਵਾਰੀ ਚੁੰਝੀ ਲਵਾਈ ਸੀ ਜਿਹੜੀ ਲਵਾਈ ਸੀ ਮੈਂ, ਉਦੋਂ ਬਾਅਦ ਨਹੀਂ ਪੀਤਾ ਉਹਨੇ। ਆਹ ਦੇਖ ਲਓ ਬਾਈ ਇਹਨੇ ਕੋਈ ਮੂੰਹ ਨਹੀਂ ਡੱਡਿਆ, ਹੈ ਨਾ ਪਾਲਟੀ ਮਾਰਨ ਦਾ ਅੱਡੋ ਅੱਡ ਹਿਸਾਬ ਹੁੰਦਾ। ਠੀਕ ਹੈ ਪਿੱਛੇ ਆਖਦੇ ਹਾਂ ਹੁਣ, ਅਤੇ ਦੂਜੀ ਨੂੰ ਫਿਰ ਦਿਖਾਉਂਦੇ ਹਾਂ ਤੁਹਾਡੇ ਨਾਲ ਕਰਦੇ ਹਾਂ। ਚਲੋ ਠੀਕ ਹੈ ਮਿੱਤਰੋ, ਲਵ ਯੂ ਹੈ, ਅਤੇ ਇਦੂ ਅਗਲੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਕੀ ਬਣਦਾ ਬਾਜੀ ਦਾ। ਮਿੱਤਰੋ ਘਰੇ ਆ ਦੋ ਕਬੂਤਰੀਆਂ ਨੇ।